ਹੈਲੋ ਦੋਸਤੋ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ। ਜੋ ਆਪਾਂ ਗੱਲ ਕੀਤੀ ਸੀ ਪਿਛਲੇ ਲੈਕਚਰ ਦੇ ਵਿੱਚ, ਉਹ ਆਪਾਂ ਬਹੁਪਦੀਆਂ ਬਾਰੇ ਗੱਲ ਕੀਤੀ ਸੀ, ਉਹਨਾਂ ਦੀਆਂ ਕਿਸਮਾਂ ਬਾਰੇ ਗੱਲ ਕੀਤੀ ਸੀ, ਉਹਨਾਂ ਦੇ ਗ੍ਰਾਫ ਬਾਰੇ ਗੱਲ ਕੀਤੀ ਸੀ। ਉਸ ਤੋਂ ਬਾਅਦ ਆਪਾਂ ਦੋ ਘਾਤੀ ਬਹੁਪਦ ਦੀਆਂ ਸਿਫਰਾਂ ਅਤੇ ਗੁਣਾਂਕਾਂ ਦੇ ਸੰਬੰਧ ਬਾਰੇ ਗੱਲ ਕੀਤੀ ਸੀ, ਅਤੇ ਇੱਕ ਦੋ ਘਾਤੀ ਬਹੁਪਦ ਦੀ ਰਚਨਾ ਦੀ ਗੱਲ ਕੀਤੀ ਸੀ। ਅਤੇ ਇਸ ਪਾਠ 'ਚ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ, ਆਪਾਂ ਗੱਲ ਕਰਨ ਜਾ ਰਹੇ ਹਾਂ ਬਹੁਪਦੀਆਂ ਦੀ ਵੰਡ ਦੀ, ਡਿਵੀਜ਼ਨ ਆਫ ਪੋਲੀਨੋਮੀਅਲਸ ਦੀ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਥੇ। ਉਸ ਤੋਂ ਪਹਿਲਾਂ ਪੋਲੀਨੋਮੀਅਲ ਕਲੀਅਰ ਹੈ, ਡਿਵੀਜ਼ਨ ਆਪਾਂ ਕਰ ਚੁੱਕੇ ਹਾਂ, ਡਿਵੀਜ਼ਨ ਦਾ ਆਪਾਂ ਪਹਿਲੇ ਚੈਪਟਰ 'ਚ ਕੀਤਾ ਸੀ, ਐਲਗੋਰੀਥਮ ਦੀ ਵੀ ਗੱਲ ਕੀਤੀ ਸੀ। ਤਾਂ ਆਪਾਂ ਸਟਾਰਟ ਕਰ ਰਹੇ ਹਾਂ ਇੱਕ ਐਗਜ਼ਾਮਪਲ ਤੋਂ। ਬਹੁਪਦ 2x ਦੀ 2 ਪਲੱਸ 3x ਪਲੱਸ 1 ਨੂੰ ਐਕਸ ਪਲੱਸ 2 ਨਾਲ ਭਾਗ ਦਿਓ। ਤਾਂ ਜੋ ਆਪਾਂ ਗੱਲ ਕਰਨੀ ਹੈ, ਹੁਣ ਆਪਾਂ ਇਸ ਦੀ ਗੱਲ ਕਰਨੀ ਹੈ, ਤਾਂ ਇਹ ਮਤਲਬ ਇਹ ਆਪਣੇ ਕੋਲ ਹੋ ਗਿਆ ਭਾਗਫਲ, ਇਸ ਦੇ ਨਾਲ ਭਾਗ ਦੇਣੀ ਹੈ, ਇਹ ਆਪਣੇ ਕੋਲ ਕੀ ਹੋ ਗਿਆ ਭਾਜਕ, ਹੈ ਨਾ। ਹੁਣ ਵੰਡ ਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਇੱਥੇ ਦੋ ਗੱਲਾਂ ਦਾ ਧਿਆਨ ਰੱਖਣਾ। ਸਭ ਤੋਂ ਪਹਿਲਾਂ ਜਿਹੜੇ ਦੋਨੇ ਬਹੁਪਦ ਹੈ, ਭਾਗਫਲ ਅਤੇ ਭਾਜਕ, ਭਾਗਫਲ ਅਤੇ ਭਾਜਕ, ਉਹ ਆਪਣੇ ਮਾਨਕ ਰੂਪ 'ਚ ਹੋਣੇ ਚਾਹੀਦੇ ਹੈ, ਸਟੈਂਡਰਡ ਰੂਪ ਦੇ ਵਿੱਚ ਹੋਣੇ ਚਾਹੀਦੇ ਹੈ। ਉਹ ਕੀ ਹੁੰਦਾ ਹੈ ਕਿ ਜਿਹੜੀ ਘਾਤ ਹੈ ਉਹ ਘਟਦੇ ਕ੍ਰਮ 'ਚ ਹੋਣੀ ਚਾਹੀਦੀ ਹੈ। ਜਿਹੜੀ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜੋ ਘਾਤ ਹੈ ਉਹ ਘਟਦੇ ਕ੍ਰਮ 'ਚ ਹੋਣੀ ਚਾਹੀਦੀ ਹੈ। ਦੋ ਇੱਕ ਨਹੀਂ ਹੈਗੀ, ਇੱਕ ਦੋ, ਠੀਕ। ਆਹ ਚੀਜ਼ ਸਭ ਤੋਂ ਇੰਪੋਰਟੈਂਟ ਹੈ ਇੱਥੇ, ਕਿਉਂਕਿ ਆਪਾਂ ਨੂੰ ਦਿੱਤੀ ਹੋਈ ਹੈ। ਹੁਣ ਕੁਸ਼ਚਨ ਸਟਾਰਟ ਕਰਨ ਦੇ ਲਈ ਦੋਹਾਂ ਦੀ ਪਹਿਲੀ ਪਹਿਲੀ ਰਕਮ, ਦੋਹਾਂ ਦੀ ਪਹਿਲੀ ਪਹਿਲੀ ਰਕਮ ਐਕਸ 2x, ਕਿਉਂਕਿ ਆਪਾਂ ਇਹੋ ਜਿਹੀ ਕੋਈ ਸੰਖਿਆ ਲੱਭਾਂਗੇ ਜਿਸ ਨੂੰ ਇਹਦੇ ਨਾਲ ਗੁਣਾ ਕਰਕੇ ਇਹ ਆਉਣਾ ਚਾਹੀਦਾ, ਠੀਕ ਹੋਈ। ਤਾਂ ਆਪਣਾ ਸਿਰਫ ਟਾਰਗੇਟ ਪਹਿਲੀ ਅਤੇ ਪਹਿਲੀ ਸੰਖਿਆ ਨਾਲ ਹੈ, ਅਤੇ ਇਹਦਾ ਸਭ ਤੋਂ ਵਧੀਆ ਤਰੀਕਾ ਕੀ ਹੈ, ਦੇਖੋ ਅਗਰ ਐਕਸ ਦੇ ਅੱਗੇ ਕੁਛ ਨਹੀਂ ਹੈਗਾ ਤਾਂ ਕੀ ਆ ਗਿਆ, ਇੱਕ। ਉਰੇ ਦੋ ਚੀਜ਼ਾਂ ਨੇ, ਮੈਥ ਦੀ ਸੰਖਿਆ ਅਤੇ ਵੇਰੀਏਬਲ ਇੰਗਲਿਸ਼ ਦਾ ਅੱਖਰ। ਤਾਂ ਇੱਕ ਦੋ, ਹੈ ਨਾ, ਮੈਥ ਦੀ ਸੰਖਿਆ, ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ, ਦੋ ਆਊਗਾ, ਦੋ ਏਕਮ ਦੋ। ਇੱਥੇ ਐਕਸ ਦੀ ਇੱਕ ਘਾਤ ਹੈ, ਇੱਥੇ ਐਕਸ ਦੀਆਂ ਦੋ ਘਾਤਾਂ ਨੇ, ਤਾਂ ਐਕਸ ਦੇ ਕਿੰਨੇ ਨਾਲ ਗੁਣਾ ਕਰੀਏ ਕਿ ਦੋ ਘਾਤ ਚਾਹੀਦੀ ਹੈ, ਐਕਸ। ਤਾਂ ਇਹ ਹੋ ਗਿਆ ਆਪਣਾ ਸਿਸਟਮ। ਪਹਿਲਾਂ ਆਪਾਂ ਦੋਨੋਂ ਸੰਖਿਆਵਾਂ ਚੈੱਕ ਕਰਾਂਗੇ ਕਿ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਕਿ ਇਹ ਸੰਖਿਆ ਆਵੇ, ਫਿਰ ਆਪਾਂ ਇਸ ਚੱਲ ਨੂੰ ਚੈੱਕ ਕਰਾਂਗੇ ਕਿ ਐਕਸ ਨੂੰ ਕਿੰਨੇ ਨਾਲ ਗੁਣਾ ਕਰੀਏ, ਐਕਸ ਦੀ ਦੋ ਆ ਗਏ, ਅਤੇ ਆਪਣੇ ਕੋਲ ਕੀ ਸੰਖਿਆ ਪਹੁੰਚ ਗਈ, ਦੋ ਐਕਸ ਪਹੁੰਚ ਗਈ। ਇਹ ਹੋ ਗਿਆ ਪਹਿਲਾ ਸਟੈਪ। ਹੁਣ ਦੋ ਐਕਸ ਦੀ ਪਹਿਲਾਂ ਗੁਣਾ ਇਹਦੇ ਨਾਲ, ਦੋ ਏਕਮ ਦੋ, ਐਕਸ ਦੀ ਐਕਸ ਨਾਲ ਗੁਣਾ ਕੀਤੀ, ਐਕਸ ਦੀ ਦੋ, ਉਦੋਂ ਬਾਅਦ ਇਹਦੇ ਨਾਲ, ਦੋ ਦੂਨੀ ਚਾਰ, ਐਕਸ ਓਮੇ ਦਾ ਓਮੇ। ਇਹ ਹੋ ਗਿਆ ਆਪਣਾ ਦੋਸਤੋ ਪਹਿਲਾ ਸਟੈਪ। ਹੁਣ ਕਿਉਂਕਿ ਵੰਡ ਦੇ ਵਿੱਚ ਆਪਾਂ ਕੀ ਕਰਦੇ ਹਾਂ, ਘਟਾ ਕਰਦੇ ਹਾਂ, ਅਤੇ ਘਟਾ ਦੇ ਟਾਈਮ ਨਿਸ਼ਾਨ ਬਦਲ ਜਾਂਦੇ ਆ, ਇਹਦੇ ਅੱਗੇ ਕੋਈ ਨਿਸ਼ਾਨ ਨਹੀਂ ਹੈ, ਪਲੱਸ ਹੈ, ਮਾਈਨਸ ਦਾ ਹੋ ਗਿਆ, ਇਹ ਪਲੱਸ ਹੈ, ਮਾਈਨਸ ਹੋ ਗਿਆ। ਤਾਂ ਆਹ ਪਲੱਸ ਆਹ ਮਾਈਨਸ ਘੱਟ ਗਿਆ, ਐਕਸ ਓਮੇ ਦਾ ਓਮੇ, ਤਿੰਨ ਪਲੱਸ ਚਾਰ ਮਾਈਨਸ ਇੱਕ
ਮਾਈਨਸ ਆਹ ਰਕਮ ਆ ਗਈ ਥੱਲੇ। ਤਾਂ ਆਪਣੇ ਕੋਲ ਹੱਲ ਕਰਨ ਤੋਂ ਬਾਅਦ, ਪਹਿਲੇ ਸਟੈਪ ਤੋਂ ਬਾਅਦ ਆ ਗਿਆ, ਹੁਣ ਐਕਸ ਇੱਥੇ ਹੈ, ਐਕਸ ਇੱਥੇ ਹੈ, ਇਹਨੂੰ ਆਪਾਂ ਹੱਲ ਕਰ ਸਕਦੇ ਹਾਂ। ਦੁਬਾਰਾ ਫਿਰ ਉਹੀ ਗੱਲ, ਮੈਥ ਉਰੇ ਸੰਖਿਆ ਇੱਕ ਹੈ, ਇੱਥੇ ਕੀ ਹੈ ਮਾਈਨਸ ਇੱਕ, ਤਾਂ ਇੱਕ ਨੂੰ ਆਪਾਂ ਕਿੰਨੇ ਨਾਲ ਗੁਣਾ ਕਰੀਏ, ਮਾਈਨਸ ਇੱਕ ਆਊਗਾ, ਮਾਈਨਸ ਇੱਕ। ਤਾਂ ਆਪਾਂ ਨੂੰ ਇਸ ਹੁਣ ਪੂਰੀ ਸੰਖਿਆ ਨੂੰ ਕਿਹਦੇ ਨਾਲ ਗੁਣਾ ਕਰਨੀ ਹੈ, ਮਾਈਨਸ ਇੱਕ ਨਾਲ। ਹੁਣ ਆਪਾਂ ਕਰਾਂਗੇ ਗੁਣਾ, ਮਾਈਨਸ ਇੱਕ ਦੀ ਇਹਦੇ ਨਾਲ ਗੁਣਾ ਕੀਤੀ, ਮਾਈਨਸ ਇੱਕ ਐਕਸ ਓਮੇ ਦਾ ਓਮੇ। ਹੁਣ ਮਾਈਨਸ ਦੀ ਇਹਦੇ ਨਾਲ ਗੁਣਾ ਕਰਾਂਗੇ, ਮਾਈਨਸ ਦੀ ਪਲੱਸ ਨਾਲ ਗੁਣਾ ਕੀਤੀ, ਮਾਈਨਸ ਦੋ ਏਕਮ ਦੋ। ਘਟਾਉਣ 'ਤੇ ਇੱਥੇ ਹੋ ਗਿਆ ਪਲੱਸ, ਨਿਸ਼ਾਨ ਬਦਲ ਗਏ, ਇੱਥੇ ਹੋ ਗਿਆ ਪਲੱਸ, ਆਹ ਕੱਟ ਗਿਆ ਕਿਉਂਕਿ ਇੱਕ ਮਾਈਨਸ ਦਾ ਇੱਕ ਪਲੱਸ ਦਾ। ਪਲੱਸ ਇੱਕ ਪਲੱਸ ਦੋ ਕਿੰਨਾ ਆ ਗਿਆ, ਪਲੱਸ ਤਿੰਨ। ਉਰੇ ਐਕਸ ਸੀ, ਉਰੇ ਨਹੀਂ ਹੈਗੀ, ਇਹਦਾ ਮਤਲਬ ਇਹ ਆਪਣਾ ਕੀ ਆ ਗਿਆ, ਬਾਕੀ ਆ ਗਿਆ, ਇਹ ਆਪਣਾ ਕੀ ਆ ਗਿਆ, ਭਾਜਫਲ। ਅਤੇ ਇਹ ਸੀ ਆਪਣੀ ਪਹਿਲੀ ਉਦਾਹਰਨ ਜੋ ਇਹਦੀ ਹੱਲ ਕੀਤੀ ਹੈ। ਦੂਸਰੀ ਉਦਾਹਰਨ, ਆਪਾਂ ਦੂਸਰੀ ਉਦਾਹਰਨ 'ਤੇ ਚਰਚਾ ਕਰਦੇ ਹਾਂ। ਤਿੰਨ ਐਕਸ ਦੀ ਦੋ ਮਾਈਨਸ ਚਾਰ ਐਕਸ ਪਲੱਸ ਇੱਕ ਨੂੰ ਐਕਸ ਮਾਈਨਸ ਦੋ ਨਾਲ ਭਾਗ ਦਿਓ, ਠੀਕ, ਭਾਜਕ ਐਕਸ ਮਾਈਨਸ ਦੋ, ਭਾਜਫਲ ਦੇਸ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹ ਦੇਖਾਂਗੇ ਘਾਤਾਂ ਘਟਦੇ ਕ੍ਰਮ 'ਚ ਨੇ, ਤਾਂ ਇਹਦਾ ਮਤਲਬ ਆਪਾਂ ਕੁਐਸਚਨ ਨੂੰ ਸਟਾਰਟ ਕਰ ਸਕਦੇ ਹਾਂ। ਇਹਦੀ ਪਹਿਲੀ ਸੰਖਿਆ ਆ ਰਹੀ, ਇਹਦੀ ਪਹਿਲੀ ਰਕਮ ਆ ਰਹੀ, ਉਰੇ ਕੁਛ ਵੀ ਨਹੀਂ ਹੈਗਾ, ਤਾਂ ਇਹਦਾ ਮਤਲਬ ਇੱਥੇ ਕੀ ਆ ਗਿਆ, ਇੱਕ। ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ ਕਿ ਤਿੰਨ ਆਊ, ਤਿੰਨ ਏਕਮ ਤਿੰਨ। ਐਕਸ ਨੂੰ ਕਿੰਨੇ ਨਾਲ ਗੁਣਾ ਕਰੀਏ, ਐਕਸ ਦੀ ਦੋ ਆਊ, ਇਕੱਲਾ ਐਕਸ। ਹੁਣ ਫਿਰ ਇਹਦੀ ਗੁਣਾ ਪਹਿਲਾਂ ਇਹਦੇ ਨਾਲ, ਤਿੰਨ ਏਕਮ ਤਿੰਨ, ਐਕਸ ਦੀ ਐਕਸ ਨਾਲ ਗੁਣਾ ਕੀਤੀ, ਐਕਸ ਦੀ ਦੋ। ਇਹਦੀ ਗੁਣਾ ਇਹਦੇ ਨਾਲ, ਮਾਈਨਸ ਤਿੰਨ ਦੁਨਾ ਛੇ, ਐਕਸ ਓਮੇ ਦਾ ਓਮੇ। ਜਦੋਂ ਘਟਾ ਕੀਤਾ, ਇੱਥੇ ਮਾਈਨਸ ਇੱਥੇ ਪਲੱਸ, ਪਲੱਸ ਤਿੰਨ ਐਕਸ ਮਾਈਨਸ ਤਿੰਨ ਐਕਸ ਘੱਟ ਗਿਆ, ਮਾਈਨਸ ਚਾਰ ਪਲੱਸ ਛੇ ਪਲੱਸ ਦੋ ਐਕਸ ਪਲੱਸ ਇੱਕ ਓਮੇ ਦਾ ਓਮੇ, ਠੀਕ ਹੋਏਗਾ। ਹੁਣ ਫਿਰ ਇੱਥੇ ਪਹਿਲੀ ਰਕਮ ਕੀ ਹੈ, ਇੱਕ ਐਕਸ, ਇੱਥੇ ਆਪਣੇ ਕੋਲ ਪਹਿਲੀ ਰਕਮ ਕੀ ਆ ਗਈ, ਦੋ ਐਕਸ। ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ, ਦੋ ਚਾਹੀਦਾ, ਪਲੱਸ ਦੋ ਚਾਹੀਦਾ, ਪਲੱਸ ਦੋ, ਐਕਸ ਓਮੇ ਦਾ ਓਮੇ। ਤਾਂ ਹੁਣ ਜੋ ਆਪਾਂ ਗੁਣਾ ਕਰਾਂਗੇ, ਪਲੱਸ ਦੋ ਦੀ ਇਹਦੇ ਨਾਲ ਕਰਾਂਗੇ, ਦੋ ਏਕਮ ਦੋ ਐਕਸ, ਦੋ ਦੀ ਗੁਣਾ ਕੀਤੀ ਮਾਈਨਸ ਦੋ ਨਾਲ, ਪਲੱਸ ਮਾਈਨਸ ਮਾਈਨਸ ਦੋ ਦੂਣੀ ਚਾਰ। ਘਟਾ ਕਰਨ 'ਤੇ ਮਾਈਨਸ ਪਲੱਸ ਘੱਟ ਗਿਆ, ਪਲੱਸ ਇੱਕ ਪਲੱਸ ਚਾਰ ਪਲੱਸ ਪੰਜ, ਤਾਂ ਇਹਦਾ ਮਤਲਬ ਇਹ ਆਪਣਾ ਕੀ ਆ ਗਿਆ, ਬਾਕੀ ਆ ਗਿਆ, ਉਹ ਆਪਣਾ ਕੀ ਆ ਗਿਆ, ਭਾਜਫਲ ਆ ਗਿਆ, ਠੀਕ। ਹੁਣ ਆਪਾਂ ਇੱਕ ਉਦਾਹਰਨ ਹੋਰ ਲੈ ਰਹੇ ਹਾਂ ਇਸਦੀ, ਤਾਂ ਕਿ ਟੌਪਿਕ ਥੋੜ੍ਹਾ ਜਿਹਾ ਹੋਰ ਕਲੀਅਰ ਹੋ ਜਾਏ। ਉਦਾਹਰਨ ਤਿੰਨ, ਚਾਰ ਐਕਸ ਦੀ ਦੋ ਮਾਈਨਸ ਪੰਜ ਐਕਸ ਮਾਈਨਸ ਛੇ ਨੂੰ ਐਕਸ ਮਾਈਨਸ ਤਿੰਨ ਨਾਲ ਭਾਗ ਦਿਓ। ਹੱਲ, ਜਿਸ ਨਾਲ ਭਾਗ ਦੇਣੀ ਹੈ ਉਹ ਬਾਹਰ, ਜਿਹਨੂੰ ਭਾਗ ਦੇਣੀ ਹੈ ਉਹ ਆ ਗਿਆ, ਠੀਕ ਹੋਇਆ। ਤਾਂ ਹੁਣ ਫਿਰ ਓਮੀ ਸਿਸਟਮ, ਇੱਥੇ ਪਹਿਲੀ ਰਕਮ ਹੈ, ਇੱਥੇ ਪਹਿਲੀ ਰਕਮ ਹੈ, ਇਹਦੇ ਅੱਗੇ ਕੋਈ ਸੰਖਿਆ ਨਹੀਂ ਹੈਗੀ, ਤਾਂ ਆਟੋਮੈਟਿਕਲੀ ਕੀ ਆ ਗਿਆ, ਇੱਕ।
ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ? ਚਾਰ ਚਾਹੀਦਾ, ਚਾਰ, ਚਾਰ ਏਕਮ ਚਾਰ। ਐਕਸ ਦੀ ਕਿੰਨੇ ਨਾਲ ਗੁਣਾ ਕਰੀਏ? ਐਕਸ ਦੀ ਦੋ ਚਾਹੀਦਾ, ਐਕਸ। ਹੁਣ ਪਹਿਲਾਂ ਇਹਨੂੰ ਇਹਦੇ ਨਾਲ, ਚਾਰ ਏਕਮ ਚਾਰ, ਐਕਸ ਦੀ ਐਕਸ ਨਾਲ ਗੁਣਾ ਕੀਤੀ, ਐਕਸ ਦੀ ਦੋ। ਹੁਣ ਇਹਦੇ ਨਾਲ ਮਾਈਨਸ, ਕਿਉਂਕਿ ਪਲੱਸ ਮਾਈਨਸ ਮਾਈਨਸ, ਚਾਰ ਤੀ ਹੈ ਬਾਰਾਂ ਐਕਸ। ਨਿਸ਼ਾਨ ਬਦਲੇ ਘਟਾ ਦੇ ਟਾਈਮ, ਆਹ ਕੱਟ ਗਏ ਕਿਉਂਕਿ ਇੱਕ ਪਲੱਸ ਦਾ ਇੱਕ ਮਾਈਨਸ ਦਾ। ਮਾਈਨਸ ਪੰਜ ਪਲੱਸ ਬਾਰਾਂ ਪਲੱਸ ਸੱਤ ਮਾਈਨਸ ਛੇ, ਉਵੇਂ ਦਾ ਉਵੇਂ। ਹੁਣ ਦੁਬਾਰਾ ਉਹੀ ਰੂਲ, ਪਹਿਲੀ ਸੰਖਿਆ ਪਹਿਲੀ ਸੰਖਿਆ, ਆਪਾਂ ਹਮੇਸ਼ਾ ਪਹਿਲੀ ਪਹਿਲੀ ਸੰਖਿਆ ਨੂੰ ਦੇਖ ਕੇ ਚੱਲਣਾ, ਪਿਛਲੀ ਸੰਖਿਆ ਤੋਂ ਕੋਈ ਮਤਲਬ ਨਹੀਂ, ਉਹ ਆਪਣੇ ਆਪ ਜੋ ਆ ਰਹੀ ਹੈ ਉਹਦੇ ਨਾਲ ਕੀ ਹੋਊਗੀ? ਹੱਲ ਹੋਊਗੀ। ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ? ਸੱਤ ਚਾਹੀਦਾ, ਪਲੱਸ ਸੱਤ, ਐਕਸ ਉਵੇਂ ਦਾ ਉਵੇਂ। ਸੱਤ ਏਕਮ ਸੱਤ ਪਲੱਸ ਹੈ ਐਕਸ, ਮਾਈਨਸ ਪਲੱਸ ਮਾਈਨਸ ਸੱਤ ਆ ਇੱਕੀ। ਨਿਸ਼ਾਨ ਬਦਲੇ ਕਿਉਂਕਿ ਆਪਾਂ ਘਟਾਉਣਾ, ਪਲੱਸ ਮਾਈਨਸ ਮਾਈਨਸ, ਮਾਈਨਸ ਛੇ ਪਲੱਸ ਇੱਕੀ ਪਲੱਸ ਪੰਦਰਾਂ। ਤਾਂ ਇਹ ਹੋ ਗਿਆ ਆਪਣਾ ਦੋ ਘਾਤੀ ਬਹੁਪਦ ਨੂੰ ਰੇਖੀ ਬਹੁਪਦ ਨਾਲ ਵੰਡ ਕਰਨਾ। ਹੁਣ ਆਪਾਂ ਤਿੰਨ ਘਾਤੀ ਬਹੁਪਦ ਲੈ ਰਹੇ ਹਾਂ। ਥੋੜ੍ਹਾ ਜਿਹਾ ਕੁਸ਼ਚਨ ਨੂੰ ਮੈਂ ਹੋਰ ਵੱਡਾ ਕਰ ਰਿਹਾ ਤਾਂ ਕਿ ਥੋੜ੍ਹਾ ਜਿਹਾ ਹੋਰ ਕਲੀਅਰ ਹੋ ਜੇ। ਬਹੁਪਦ ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਤਿੰਨ ਐਕਸ ਮਾਈਨਸ ਇੱਕ ਨੂੰ ਐਕਸ ਮਾਈਨਸ ਇੱਕ ਨਾਲ ਭਾਗ ਦਿਓ। ਹੁਣ ਆਪਾਂ ਉਹਦੇ ਨਾਲ ਭਾਗ ਦੇਣੀ ਹੈ, ਐਕਸ ਮਾਈਨਸ ਇੱਕ, ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਤਿੰਨ ਐਕਸ ਮਾਈਨਸ ਇੱਕ। ਤਾਂ ਫਿਰ ਸਿਸਟਮ ਉਵੇਂ ਦਾ ਉਵੇਂ, ਪਹਿਲੀ ਪਹਿਲੀ ਰਕਮ, ਇਹਨਾਂ ਦੇ ਅੱਗੇ ਕੋਈ ਸੰਖਿਆ ਨਹੀਂ ਹੈਗੀ, ਤਾਂ ਇਹਦਾ ਮਤਲਬ ਕੀ ਹੁੰਦਾ? ਇੱਕ ਹੁੰਦਾ। ਇੱਕ ਨੂੰ ਇੱਕ ਨਾਲ ਲਈ ਗੁਣਾ ਚਾਹੀਦੀ ਹੈ ਇੱਕ। ਇੱਥੇ ਦੇਖੋ ਐਕਸ ਇੱਕ ਵਾਰ ਹੈ, ਉਰੇ ਦੋ ਵਾਰ ਹੈ, ਤਿੰਨ ਵਾਰ ਹੈ, ਤਾਂ ਆਪਾਂ ਨੂੰ ਕਿੰਨੇ ਵਾਰ ਐਕਸ ਚਾਹੀਦਾ? ਦੋ ਵਾਰ। ਇਹਨੂੰ ਇਹਨਾਂ ਗੁਣਾ ਕੀਤੀ, ਇੱਕ ਏਕਮ ਇੱਕ, ਐਕਸ ਦੀ ਘਾਤ ਤਿੰਨ, ਪਲੱਸ ਮਾਈਨਸ ਮਾਈਨਸ, ਇੱਕ ਏਕਮ ਇੱਕ, ਐਕਸ ਦੀ ਘਾਤ ਦੋ। ਠੀਕ, ਹੁਣ ਘਟਾ ਕਰਨਾ, ਨਿਸ਼ਾਨ ਬਦਲੋ, ਆਹ ਮਾਈਨਸ ਆ ਗਿਆ, ਇਹ ਪਲੱਸ ਆ ਗਿਆ, ਇੱਕ ਪਲੱਸ ਇੱਕ ਮਾਈਨਸ ਘੱਟ ਗਿਆ। ਐਕਸ ਦੀ ਦੋ ਉਵੇਂ ਦਾ ਉਵੇਂ, ਮਾਈਨਸ ਤਿੰਨ ਪਲੱਸ ਇੱਕ ਮਾਈਨਸ ਦੋ, ਪਲੱਸ ਤਿੰਨ ਐਕਸ ਮਾਈਨਸ ਇੱਕ, ਇਹ ਰਕਮ ਉਵੇਂ ਦੀ ਉਵੇਂ। ਇੱਥੇ ਪਹਿਲੀ ਰਕਮ ਆ ਰਹੀ, ਹੁਣ ਇੱਥੇ ਪਹਿਲੀ ਰਕਮ ਆ ਬਣ ਗਈ, ਤਾਂ ਆਪਾਂ ਫਿਰ ਪਹਿਲੀ ਰਕਮ ਬਣਾਉਣੀ ਹੈ। ਇੱਕ ਪਹਿਲਾਂ ਤਾਂ ਇਹ ਦੇਖੋ, ਇਹ ਪਲੱਸ ਹੈ ਇਹ ਮਾਈਨਸ ਹੈ, ਆਪਾਂ ਨੂੰ ਮਾਈਨਸ ਚਾਹੀਦਾ। ਇੱਥੇ ਇੱਕ ਹੈ ਦੋ ਹੈ, ਇੱਕ ਨੂੰ ਕਿੰਨੇ ਨਾਲ ਗੁਣਾ ਕਰੀਏ? ਦੋਵਾਂ ਨੇ, ਦੋ ਨਾਲ। ਇੱਥੇ ਐਕਸ ਇੱਕ ਵਾਰ ਹੈ, ਇੱਥੇ ਐਕਸ ਦੋ ਵਾਰ ਹੈ, ਅਤੇ ਆਪਾਂ ਨੂੰ ਐਕਸ ਕਿੰਨੇ ਵਾਰ ਚਾਹੀਦਾ? ਇੱਕ ਵਾਰ। ਤਾਂ ਹੁਣ ਫਿਰ ਆਪਣਾ ਸਿਸਟਮ ਉਹੀ ਚੱਲਣਾ, ਕੀ ਚੱਲਣਾ? ਪਹਿਲਾਂ ਇਹਦੀ ਇਹਦੇ ਨਾਲ ਗੁਣਾ, ਮਾਈਨਸ ਦੋ ਏਕਮ ਦੋ, ਐਕਸ ਦੀ ਐਕਸ ਨਾਲ ਗੁਣਾ ਕੀਤੀ, ਐਕਸ ਦੀ ਦੋ, ਮਾਈਨਸ ਮਾਈਨਸ ਪਲੱਸ ਦੋ ਏਕਮ ਦੋ, ਐਕਸ ਦੀ ਗੁਣਾ ਕੀਤੀ, ਐਕਸ ਨਾਲ ਗੁਣਾ ਦੋਹਾਂ ਨਾਲ, ਜਾਂ ਜਿੰਨੀਆਂ ਵੀ ਰਕਮਾਂ ਆਪਣੇ ਕੋਲ ਇੱਥੇ ਹੈਗੀਆਂ। ਘਟਾ ਕਰਨਾ, ਇੱਥੇ ਪਲੱਸ ਆ ਗਿਆ, ਇੱਥੇ ਮਾਈਨਸ ਆ ਗਿਆ, ਕੈਂਸਲ, ਪਲੱਸ ਤਿੰਨ ਐਕਸ ਮਾਈਨਸ ਦੋ ਐਕਸ ਪਲੱਸ ਇੱਕ ਐਕਸ ਮਾਈਨਸ ਇੱਕ। ਪਹਿਲੀ ਸੰਖਿਆ ਇੱਕ ਐਕਸ ਹੈ, ਇੱਥੇ ਵੀ ਕੀ ਆ ਗਈ? ਇੱਕ ਐਕਸ, ਮਤਲਬ ਸੇਮ ਆ ਗਈ। ਤਾਂ ਆਪਾਂ ਕਿੰਨੇ ਨਾਲ ਗੁਣਾ ਕਰਨੀ ਹੈ? ਪਲੱਸ ਇੱਕ ਨਾਲ। ਤਾਂ ਪਲੱਸ ਇੱਕ ਨਾਲ ਦੋਸਤੋ ਗੁਣਾ ਕਰਦੇ ਹਾਂ, ਫਿਰ ਪਲੱਸ ਇੱਕ ਦੀ ਇੱਕ ਨਾਲ ਕੀਤੀ ਇੱਕ ਐਕਸ,
ਪਲੱਸ ਮਾਈਨਸ ਮਾਈਨਸ ਇੱਕ ਏਕਮ ਇੱਕ ਮਾਈਨਸ ਪਲੱਸ ਇਹ ਕੱਟ ਗਏ, ਦੋਨੇ ਕੱਟ ਗਏ ਕਿਉਂਕਿ ਆਂਸਰ ਕੀ ਆ ਗਿਆ ਜ਼ੀਰੋ। ਤਾਂ ਇਸ ਕੁਸ਼ਚਨ 'ਚ ਕੀ ਹੋਇਆ, ਜੋ ਬਾਕੀ ਹੈ ਆਪਣੇ ਕੋਲ ਕੀ ਆ ਗਿਆ, ਜ਼ੀਰੋ ਆ ਗਿਆ। ਤਾਂ ਇੱਥੇ ਕੁਸ਼ਚਨ ਬੜਾ ਵਧੀਆ ਬਣਦਾ ਹੈ, ਜਦੋਂ ਇੱਕ ਬੌਪਲ ਨੂੰ ਦੂਸਰਾ ਵੰਡਦੇ ਹਾਂ ਅਤੇ ਬਾਕੀ ਕੀ ਆ ਜੇ, ਜ਼ੀਰੋ ਆ ਜੇ, ਤਾਂ ਆਪਾਂ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਜੋ ਭਾਜਕ ਹੈ ਐਕਸ ਮਾਈਨਸ ਇੱਕ ਉਹ ਇਹਦਾ ਕੀ ਹੈ, ਗੁਣਨ ਖੰਡ ਹੈ। ਕੀ ਹੋਇਆ, ਤਾਂ ਇੱਥੇ ਲਾਈਨ ਆਪਾਂ ਲਿਖ ਸਕਦੇ ਹਾਂ, ਐਕਸ ਮਾਈਨਸ ਇੱਕ ਐਕਸ ਦੇ ਤਿੰਨ ਮਾਈਨਸ ਤਿੰਨ ਐਕਸ ਦੇ ਦੋ ਪਲੱਸ ਤਿੰਨ ਐਕਸ ਮਾਈਨਸ ਇੱਕ ਦਾ ਗੁਣਨ ਖੰਡ ਹੈ। ਇਟ ਇਜ਼ ਅ ਫੈਕਟਰ ਆਫ ਦਿਸ, ਐਕਸ ਮਾਈਨਸ ਵਨ ਇਜ਼ ਅ ਫੈਕਟਰ ਆਫ ਦਿਸ। ਤਾਂ ਇੱਥੇ ਆਪਣਾ ਨਵਾਂ ਕੁਸ਼ਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਐਕਸ ਮਾਈਨਸ ਇੱਕ ਇਸ ਦਾ ਗੁਣਨ ਖੰਡ ਹੈ ਜਾਂ ਨਹੀਂ। ਤਾਂ ਆਪਾਂ ਵੰਡ ਕਰਕੇ ਦੇਖਾਂਗੇ, ਅਗਰ ਬਾਕੀ ਜ਼ੀਰੋ ਆ ਗਿਆ ਤਾਂ ਗੁਣਨ ਖੰਡ ਹੈਗਾ, ਅਗਰ ਬਾਕੀ ਜ਼ੀਰੋ ਨਹੀਂ ਆ ਰਿਹਾ ਤਾਂ ਗੁਣਨ ਖੰਡ ਨਹੀਂ ਹੈਗਾ। ਇੱਕ ਉਦਾਹਰਣ ਮੈਂ ਹੋਰ ਲੈ ਕੇ ਚੱਲ ਰਿਹਾ ਇਸਦੀ, ਬਹੁਪਦ ਚਾਰ ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਪੰਜ ਐਕਸ ਮਾਈਨਸ ਇੱਕ ਨੂੰ ਐਕਸ ਦੀ ਦੋ ਮਾਈਨਸ ਦੋ ਨਾਲ ਭਾਗ ਦਿਓ। ਹੱਲ, ਹੁਣ ਆਪਣੇ ਕੋਲ ਜੋ ਭਾਜਕ ਹੈ ਉਹ ਕੀ ਆ ਗਿਆ, ਇੱਕ ਦੋ ਘਾਤੀ ਬਹੁਪਦ ਆ ਗਿਆ, ਅਤੇ ਜੋ ਭਾਗਫਲ ਹੈ ਉਹ ਕੀ ਹੈ ਆਪਣੇ ਕੋਲ, ਤਿੰਨ ਘਾਤੀ। ਤਾਂ ਇੱਥੇ ਜੋ ਆਪਾਂ ਹੁਣ ਧਿਆਨ ਰੱਖਣਾ ਇੱਕ ਦੋ ਚੀਜ਼ਾਂ ਦਾ, ਉਹ ਦੇਖੀਓ ਕੁਸ਼ਚਨ ਦੇ ਵਿੱਚ, ਕਿਉਂਕਿ ਹੁਣ ਤੱਕ ਆਪਾਂ ਜਿੰਨੇ ਵੀ ਕੁਸ਼ਚਨ ਕੀਤੇ ਸੀ ਨਾ ਆਪਾਂ ਰੇਖੀ ਬਹੁਪਦ ਭਾਜਕ ਲੈ ਕੇ ਚੱਲ ਰਹੇ ਸੀ, ਲੇਕਿਨ ਹੁਣ ਆਪਣੇ ਕੋਲ ਜੋ ਭਾਜਕ ਆ ਗਿਆ ਕੀ ਆ ਗਿਆ, ਦੋ ਘਾਤੀ ਆ ਗਿਆ। ਤਾਂ ਸਭ ਤੋਂ ਪਹਿਲੀ ਚੀਜ਼ ਜੋ ਮੈਂ ਲਿਖਾਈ ਸੀ, ਕੀ ਲਿਖਾਈ ਸੀ, ਜੋ ਬਹੁਪਦ ਹੈ ਮਾਨਕ ਰੂਪ, ਸਟੈਂਡਰਡ ਰੂਪ, ਮਿਆਰੀ ਰੂਪ 'ਚ ਹੋਣਾ ਚਾਹੀਦਾ। ਤਾਂ ਇੱਥੇ ਫਿਰ ਜੋ ਇੱਕ ਮਿਸਟੇਕ ਕੀ ਹੋ ਰਹੀ ਹੈ, ਦੇਖੋ ਧਿਆਨ ਨਾਲ, ਤਿੰਨ ਘਾਤ ਹੈ, ਇਹ ਦੋ ਘਾਤ ਹੈ, ਉਰੇ ਇੱਕ ਘਾਤ ਹੈ, ਉਰੇ ਕੋਈ ਘਾਤ ਨਹੀਂ, ਇਹ ਪੂਰਾ ਪ੍ਰੋਬਲਮ ਇੱਥੇ ਆ ਰਹੀ ਹੈ। ਇੱਥੇ ਆਪਣੇ ਕੋਲ ਦੇਖੋ ਇੱਕ ਘਾਤ ਮਿਸ ਹੈ, ਕਿਹੜੀ, ਦੋ ਘਾਤ ਹੈਗੀ ਇੱਕ ਮਿਸ ਹੈ ਨਾ। ਤਾਂ ਫਿਰ ਇਹਨੂੰ ਹੱਲ ਕਰਨ ਲਈ ਆਪਾਂ ਕੀ ਲਿਖਾਂਗੇ, ਐਕਸ ਦੀ ਦੋ ਪਲੱਸ ਜ਼ੀਰੋ ਐਕਸ ਮਾਈਨਸ ਦੋ, ਚਾਰ ਐਕਸ ਦੇ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਪੰਜ ਐਕਸ ਮਾਈਨਸ ਇੱਕ। ਤਾਂ ਇੱਥੇ ਆਪਾਂ ਆਹ ਲਿਖਾਂਗੇ, ਮਤਲਬ ਇੱਕ ਤਾਂ ਘਾਤਾਂ ਘੱਟ ਦੇ ਕ੍ਰਮ 'ਚ ਕਰਨੀਆਂ ਨੇ, ਨੰਬਰ ਦੋ ਸਾਰੀਆਂ ਰਕਮਾਂ ਆਪਾਂ ਕਰਨੀਆਂ, ਅਗਰ ਕੋਈ ਰਕਮ ਮਿਸ ਹੈ ਤਾਂ ਇਸ ਅਕੋਰਡਿੰਗ ਆਪਾਂ ਜ਼ੀਰੋ ਲਗਾ ਕੇ ਉਹਦੇ ਨਾਲ ਆਪਾਂ ਉਹਨੂੰ ਲਿਖਣਾ, ਤਾਂ ਕਿ ਕੁਸ਼ਚਨ ਦੇ ਵਿੱਚ ਕੋਈ ਗਲਤੀ ਨਾ ਹੋਵੇ ਅਤੇ ਕੁਸ਼ਚਨ ਬੜੇ ਆਰਾਮ ਨਾਲ ਸੋਲਵ ਹੋ ਜੇ। ਹੁਣ ਉਹੀ ਸਟੈਪ ਆਪਾਂ ਫਿਰ ਕਰਾਂਗੇ, ਪਹਿਲੀ ਰਕਮ ਪਹਿਲੀ ਰਕਮ, ਇੱਥੇ ਇੱਕ ਆ ਗਿਆ, ਇੱਕ ਨੂੰ ਕਿੰਨਾ ਗੁਣਾ ਕਰੀਏ, ਚਾਰ ਚਾਹੀਦਾ, ਚਾਰ, ਐਕਸ ਦੀ ਦੋ ਨੂੰ ਕਿੰਨਾ ਗੁਣਾ ਕਰੀਏ, ਐਕਸ ਦੀ ਤਿੰਨ ਚਾਹੀਦਾ, ਐਕਸ ਦੀ ਇੱਕ। ਤਾਂ ਪਹਿਲਾਂ ਇਹਦੀ ਗੁਣਾ ਇਹਦੇ ਨਾਲ, ਚਾਰ ਏਕਮ ਚਾਰ, ਐਕਸ ਦੀ ਤਿੰਨ, ਹੁਣ ਇਹਦੀ ਗੁਣਾ ਇਹਦੇ ਨਾਲ, ਆਪਾਂ ਨੂੰ ਪਤਾ ਜ਼ੀਰੋ ਨਾਲ ਗੁਣਾ ਕਰਾਂਗੇ ਕੀ ਆਊਗਾ, ਜ਼ੀਰੋ ਆਊਗਾ, ਇਹਦੀ ਗੁਣਾ ਇਹਦੇ ਨਾਲ, ਮਾਈਨਸ ਚਾਰ ਦੂਣੀ ਅੱਠ ਐਕਸ, ਨਿਸ਼ਾਨ ਮਾਈਨਸ ਮਾਈਨਸ ਪਲੱਸ ਇਹ ਕੱਟ ਗਿਆ, ਜ਼ੀਰੋ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਇਹ ਰਕਮ ਨੀਚੇ, ਪਲੱਸ ਪੰਜ ਪਲੱਸ ਅੱਠ ਪਲੱਸ ਤੇਰਾਂ ਮਾਈਨਸ ਇੱਕ, ਪਹਿਲੀ ਰਕਮ ਇੱਥੇ ਆ ਰਹੀ, ਇੱਥੇ ਆ ਰਹੀ, ਇਹ ਪਲੱਸ ਦੀ ਹੈ ਇਹ ਮਾਈਨਸ ਦੀ ਹੈ, ਤਾਂ ਮਤਲਬ ਆਪਾਂ ਨੂੰ ਮਾਈਨਸ ਚਾਹੀਦਾ, ਇੱਥੇ ਇੱਕ ਹੈ ਉਰੇ ਤਿੰਨ ਹੈ, ਤਾਂ ਇਹਦਾ ਮਤਲਬ ਕਿੰਨੇ ਨਾਲ ਗੁਣਾ ਕਰਾਂਗੇ, ਤਿੰਨ ਨਾਲ, ਉਰੇ ਐਕਸ ਦੀ ਦੋ ਹੈ, ਉਰੇ ਐਕਸ ਦੀ ਦੋ ਹੈ, ਤਾਂ ਆਪਣਾ ਕੰਮ ਆਪਣਾ ਹੋ ਚੁੱਕਿਆ। ਹੁਣ ਗੁਣਾ ਕੀਤੀ, ਮਾਈਨਸ ਤਿੰਨ ਏਕਮ ਤਿੰਨ ਐਕਸ ਦੀ ਦੋ,
ਦੁਬਾਰਾ ਆਪਾਂ ਜ਼ੀਰੋ ਨਾਲ ਗੁਣਾ ਕਰਾਂਗੇ ਤਾਂ ਜ਼ੀਰੋ ਆਉਣਾ, ਪਲੱਸ ਮਾਈਨਸ ਨਾਲ ਕੋਈ ਫਰਕ ਨਹੀਂ ਪੈਂਦਾ, ਜ਼ੀਰੋ ਪਲੱਸ ਹੋਵੇ ਜਾਂ ਮਾਈਨਸ ਹੋਵੇ। ਦੁਬਾਰਾ ਇੱਥੇ ਕਰੀਏ ਮਾਈਨਸ ਮਾਈਨਸ ਪਲੱਸ, ਤਿੰਨ ਦੂਣਾ ਛੇ, ਇੱਥੇ ਆਪਾਂ ਨਿਸ਼ਾਨ ਬਦਲੇ, ਆਹ ਕੀ ਹੋ ਗਿਆ ਆਪਣਾ ਕੈਂਸਲ, 13x ਓਮੇ ਦਾ ਓਮੇ, ਇੱਕ ਮਾਈਨਸ ਛੇ ਮਾਈਨਸ ਕੀ ਹੋ ਗਿਆ ਸੱਤ ਮਾਈਨਸ। ਹੁਣ ਇੱਥੇ ਦੋ ਘਾਤ ਹੈ, ਇੱਥੇ ਇੱਕ ਘਾਤ ਹੈ, ਤਾਂ ਜਦੋਂ ਬਾਕੀ ਦੀ ਘਾਤ ਬਹੁਪਦ ਦੀ ਘਾਤ ਇਸ ਤੋਂ ਘੱਟ ਹੋਵੇ ਉਹ ਆਪਣਾ ਐਕਚੁਅਲੀ ਕੀ ਹੋ ਜਾਂਦਾ, ਬਾਕੀ ਆ ਜਾਂਦਾ। ਤਾਂ ਇੱਥੇ ਆਪਾਂ ਇਹਨੂੰ ਡ੍ਰੌਪ ਕਰ ਦਾਂਗੇ, ਤਾਂ ਇਹ ਬੱਚੇ ਉਹ ਆਪਣਾ ਬਣ ਗਿਆ ਬਾਕੀ, ਇਹ ਹੋ ਗਿਆ ਪੰਜ ਪੰਜ। ਤਾਂ ਇਹ ਸੀ ਆਪਾਂ ਜੋ ਗੱਲ ਕਰ ਰਹੇ ਸੀ ਵੰਡ ਬਹੁਪਦ ਦੀ। ਪਿਛਲੇ ਪਾਰਟ 'ਚ ਦੋਸਤੋ ਆਪਾਂ ਬਹੁਪਦੀਆਂ ਦੀ ਵੰਡ ਬਾਰੇ ਗੱਲ ਕੀਤੀ ਸੀ, ਕੁਛ ਉਦਾਹਰਣਾਂ ਮੈਂ ਲਈਆਂ ਸੀ। ਹੁਣ ਆਪਾਂ ਕੁਛ ਕੁ ਹੋਰ ਕੁਐਸਚਨਸ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਜੋ ਕਿਤਾਬ ਦੇ ਅਭਿਆਸ ਦੇ ਕੁਐਸਚਨਸ ਅਤੇ ਉਦਾਹਰਣਾਂ 'ਤੇ ਗੱਲ ਕਰ ਰਹੇ ਹਾਂ। ਪਹਿਲਾ ਕੁਐਸਚਨ ਜੋ ਉਦਾਹਰਣ ਹੈ, ਬਹੁਪਦ ਇਸ ਨੂੰ ਐਕਸ ਮਾਈਨਸ ਇੱਕ ਮਾਈਨਸ ਐਕਸ ਦੀ ਦੋ ਨਾਲ ਭਾਗ ਦਿਓ। ਤਾਂ ਜੋ ਗੱਲ ਮੈਂ ਕੀਤੀ ਸੀ, ਸਭ ਤੋਂ ਪਹਿਲਾਂ ਮਾਨਕ ਰੂਪ, ਮਿਆਰੀ ਰੂਪ ਕੀ ਹੁੰਦਾ, ਮਿਆਰੀ ਰੂਪ ਆਪਾਂ ਦੁਬਾਰਾ ਗੱਲ ਕਰ ਰਹੇ ਹਾਂ, ਘਾਤ ਘੱਟਦੇ ਕ੍ਰਮ 'ਚ ਨੰਬਰ ਇੱਕ, ਨੰਬਰ ਦੋ ਸਾਰੇ ਪਦਾਂ ਦੇ ਆਪਾਂ ਲਿਖਦੇ ਹਾਂ, ਸਾਰੇ ਪਦ ਲਿਖਣੇ ਆ ਆਪਾਂ, ਅਗਰ ਕੋਈ ਮਿਸ ਹੈ ਆਪਾਂ ਉੱਥੇ ਕੀ ਕਰਾਂਗੇ ਜ਼ੀਰੋ ਪਾਵਾਂਗੇ। ਆਪਾਂ ਇੱਥੇ ਚੈੱਕ ਕਰਦੇ ਹਾਂ, ਦੇਖੋ ਪਹਿਲਾਂ ਇੱਥੇ ਘਾਤਾਂ ਅੱਗੇ ਪਿੱਛੇ ਉਰੇ ਦੋ ਉਰੇ ਤਿੰਨ ਉਰੇ ਇੱਕ, ਤਾਂ ਸਭ ਤੋਂ ਪਹਿਲਾਂ ਘਾਤਾਂ ਨੂੰ ਕੀ ਕਰਨਾ ਆਪਾਂ ਘੱਟਦੇ ਕ੍ਰਮ 'ਚ ਕਰਨਾ ਹੈ। ਤਾਂ ਕੀ ਕਰਾਂਗੇ ਆਪਾਂ, ਮਾਈਨਸ ਐਕਸ ਦੀ ਤਿੰਨ ਪਹਿਲਾਂ ਆ ਗਿਆ, ਪਲੱਸ ਤਿੰਨ ਐਕਸ ਦੀ ਦੋ, ਮਾਈਨਸ ਤਿੰਨ ਐਕਸ ਪਲੱਸ ਪੰਜ। ਇਸ ਨੂੰ ਦੇਖੋ ਆਪਾਂ, ਇਹ ਕੀ ਬਣ ਗਿਆ, ਦੋ ਘਾਤ ਪਹਿਲਾਂ, ਨਿਸ਼ਾਨ ਦਾ ਬਹੁਤ ਧਿਆਨ ਰੱਖਣਾ, ਇਹਦੇ ਅੱਗੇ ਕੋਈ ਨਿਸ਼ਾਨ ਨਹੀਂ ਹੈ, ਪਲੱਸ ਆ ਇੱਕ। ਤਾਂ ਹੁਣ ਇਹ ਆਪਣੇ ਕੋਲ ਇਹਦਾ ਸਹੀ ਮਿਆਰੀ ਰੂਪ ਆ ਗਿਆ। ਹੁਣ ਆਪਾਂ ਭਾਗ ਕਰਨੀ ਹੈ, ਮਾਈਨਸ ਐਕਸ ਦੀ ਦੋ ਪਲੱਸ ਐਕਸ ਮਾਈਨਸ ਇੱਕ ਨੂੰ, ਮਾਈਨਸ ਐਕਸ ਦੀ ਤਿੰਨ ਪਲੱਸ ਤਿੰਨ ਐਕਸ ਦੀ ਦੋ ਮਾਈਨਸ ਤਿੰਨ ਐਕਸ ਪਲੱਸ ਪੰਜ। ਉਹੀ ਸਿਸਟਮ, ਪਹਿਲੀ ਰਕਮ ਪਹਿਲੀ ਰਕਮ, ਮਾਈਨਸ ਹੈਗਾ ਮਾਈਨਸ ਹੈਗਾ, ਮੇਰੇ ਕਹਿਣ ਦਾ ਮਤਲਬ ਉਰੇ ਇੱਕ ਹੈ ਇੱਥੇ ਇੱਕ ਹੈ, ਤਾਂ ਇਹਦਾ ਮਤਲਬ ਇਹ ਤਾਂ ਆ ਗਿਆ ਇੱਕ। ਐਕਸ ਦੀ ਦੋ ਹੈ, ਉਰੇ ਐਕਸ ਤਿੰਨ ਵਾਰ ਹੈ, ਆਪਾਂ ਨੂੰ ਇੱਕ ਐਕਸ ਕੀ ਚਾਹੀਦਾ, ਹੋਰ ਚਾਹੀਦਾ। ਤਾਂ ਹੁਣ ਆਪਾਂ ਕੀ ਕਰਾਂਗੇ, ਗੁਣਾ ਕਰਾਂਗੇ ਇਹਦੀ ਇਹਦੇ ਨਾਲ, ਪਲੱਸ ਮਾਈਨਸ ਮਾਈਨਸ ਇੱਕ ਏਕਮ ਇੱਕ, ਐਕਸ ਦੀ ਦੋ ਨਾਲ ਕੀਤੀ ਐਕਸ ਦੀ ਤਿੰਨ, ਹੁਣ ਇਹਦੀ ਇਹਦੇ ਨਾਲ, ਉਰੇ ਕੋਈ ਨਿਸ਼ਾਨ ਨਹੀਂ ਤਾਂ ਇੱਕ, ਐਕਸ ਦੀ ਐਕਸ ਨਾਲ ਗੁਣਾ ਕੀਤੀ ਐਕਸ ਦੀ ਦੋ, ਹੁਣ ਇਹਦੀ ਇਹਦੇ ਨਾਲ, ਪਲੱਸ ਮਾਈਨਸ ਮਾਈਨਸ ਇੱਕ ਏਕਮ ਇੱਕ ਐਕਸ, ਨਿਸ਼ਾਨ ਬਦਲੇ ਕਿਉਂਕਿ ਆਪਾਂ ਘਟਾ ਕਰਨਾ, ਮਾਈਨਸ ਪਲੱਸ ਘੱਟ ਗਿਆ, ਐਕਸ ਦੀ ਦੋ ਓਮੇ ਦਾ ਓਮੇ, ਕਿਉਂਕਿ ਪਹਿਲਾਂ ਹਮੇਸ਼ਾ ਇੰਗਲਿਸ਼ ਵਾਲੇ ਅੱਖਰ ਲਿਖਿਆ ਕਰੋ ਗਲਤੀ ਤੋਂ ਬਚਣ ਲਈ, ਪਲੱਸ ਤਿੰਨ ਮਾਈਨਸ ਇੱਕ ਪਲੱਸ ਦੋ, ਐਕਸ ਓਮੇ ਦਾ ਓਮੇ, ਤਿੰਨ ਮਾਈਨਸ ਦਾ ਇੱਕ ਪਲੱਸ ਦਾ ਮਾਈਨਸ ਦੋ, ਆਹ ਰਕਮ ਆ ਗਈ ਨੀਚੇ। ਠੀਕ, ਹੁਣ ਪਹਿਲੀ ਰਕਮ ਆਪਣੇ ਕੋਲ ਕੀ ਹੋ ਗਈ, ਆਹ ਹੋ ਗਈ ਮਾਈਨਸ ਇੱਕ ਪਲੱਸ ਦੋ, ਪਹਿਲਾਂ ਤਾਂ ਉਹਦੇ ਨਿਸ਼ਾਨ ਦੇਖੋ, ਤਿੰਨ ਚੀਜ਼ਾਂ ਨੇ, ਐਕਸ ਜਾਂ ਐਕਸ ਨਾਲ ਸੰਬੰਧਿਤ ਇੰਗਲਿਸ਼ ਦੇ ਅੱਖਰ, ਫਿਰ ਮੈਥ ਵਾਲੀ ਸੰਖਿਆ, ਫਿਰ ਪਲੱਸ ਜਾਂ ਮਾਈਨਸ ਨਿਸ਼ਾਨ, ਤਾਂ ਤਿੰਨਾਂ ਨੂੰ ਸਿਸਟਮਾਈਜ਼ ਲੈ ਕੇ ਚੱਲਣਾ। ਪਹਿਲਾਂ ਨਿਸ਼ਾਨ, ਮਾਈਨਸ ਪਲੱਸ ਤਾਂ ਮਾਈਨਸ ਚਾਹੀਦਾ ਕਿਉਂਕਿ ਆਪਾਂ ਮਾਈਨਸ ਦੀ ਮਾਈਨਸ ਨਾਲ ਗੁਣਾ ਕਰਾਂਗੇ ਕੀ ਆਉਣਾ, ਪਲੱਸ ਆਉਣਾ। ਇੱਕ ਨੂੰ ਕਿੰਨਾ ਗੁਣਾ ਕਰੀਏ, ਦੋ ਚਾਹੀਦਾ, ਦੋ, ਐਕਸ ਦੀ ਦੋ ਐਕਸ ਦੀ ਦੋ, ਤਾਂ ਆਪਣਾ ਕੰਮ ਹੋ ਚੁੱਕਿਆ। ਹੁਣ ਗੁਣਾ ਤਿੰਨਾਂ ਨਾਲ ਕਰਨੀ ਹੈ, ਮਾਈਨਸ ਮਾਈਨਸ ਪਲੱਸ, ਦੋ ਏਕਮ ਦੋ ਐਕਸ ਦੀ ਦੋ, ਮਾਈਨਸ ਪਲੱਸ ਮਾਈਨਸ, ਉਰੇ ਕੋਈ ਰਕਮ ਨਹੀਂ ਤਾਂ ਦੋ ਓਮੇ ਦਾ ਓਮੇ ਆ ਗਿਆ ਐਕਸ, ਮਾਈਨਸ ਮਾਈਨਸ ਪਲੱਸ, ਦੋ ਏਕਮ ਦੋ,
ਘਟਾ ਦੇ ਲਈ ਨਿਸ਼ਾਨ ਬਦਲੇ, ਆਹ ਕੱਟ ਗਿਆ ਮਾਈਨਸ ਪਲੱਸ ਦੋ, ਆਹ ਕੱਟ ਗਿਆ ਪਲੱਸ ਪੰਜ ਮਾਈਨਸ ਦੋ, ਤਾਂ ਆਪਣਾ ਬਾਕੀ ਕੀ ਆ ਗਿਆ ਪਲੱਸ ਤਿੰਨ। ਕਿਉਂ ਆ ਗਿਆ? ਕਿਉਂਕਿ ਉਰੇ ਦੋ ਘਾਤ ਹੈ ਅਤੇ ਜੋ ਉਰੇ ਰਕਮ ਆਈ ਹੈ ਉਰੇ ਸੰਖਿਆ ਆਈ ਹੈ ਉਰੇ ਬਹੁਪਦ ਆਇਆ ਉਹਦੀ ਘਾਤ ਕੀ ਹੈ? ਦੋ ਤੋਂ ਘੱਟ ਹੈ। ਇਕਾਈ ਦਾ ਕੁਸ਼ਚਨ ਦੇਖੋ, ਇਕਾਈ ਦੇ ਦੂਸਰੇ ਸਵਾਲ ਦਾ ਪਹਿਲਾ ਕੁਸ਼ਚਨ ਹੈ, ਪਤਾ ਕਰੋ ਬਹੁਪਦ ਟੀ ਦੀ ਦੋ ਮਾਈਨਸ ਤਿੰਨ ਬਹੁਪਦ ਏਸ ਦਾ ਗੁਣਨਖੰਡ ਹੈ ਜਾਂ ਨਹੀਂ। ਤਾਂ ਸਭ ਤੋਂ ਪਹਿਲਾਂ ਮਿਆਰੀ ਰੂਪ, ਸਭ ਤੋਂ ਪਹਿਲਾਂ ਇੱਥੇ ਟੀ ਦੀ ਦੋ ਮਾਈਨਸ ਤਿੰਨ ਹੈ, ਜ਼ੀਰੋ ਨਹੀਂ ਹੈਗੀ, ਟੀ ਨਹੀਂ ਹੈਗਾ, ਸੋਰੀ, ਤਾਂ ਜ਼ੀਰੋ ਟੀ ਮਾਈਨਸ ਤਿੰਨ ਆਪਣੇ ਕੰਨਿਓ ਆਪਾਂ ਟੀ ਨੂੰ ਕੀ ਕਰ ਦਾਂਗੇ? ਇੰਟਰੋਡਿਊਸ ਕਰ ਦਾਂਗੇ। ਪਿੱਛੇ ਕੀ ਬਚਿਆ? ਦੋ ਟੀ ਦੀ ਚਾਰ ਪਲੱਸ ਤਿੰਨ ਟੀ ਦੀ ਤਿੰਨ ਮਾਈਨਸ ਦੋ ਟੀ ਦੀ ਦੋ ਮਾਈਨਸ ਨੌ ਟੀ ਮਾਈਨਸ ਬਾਰਾਂ। ਠੀਕ ਹੋਇਆ? ਤਾਂ ਫਿਰ ਹੁਣ ਉਵੇਂ ਸਟੈਪ ਲੈ ਕੇ ਚੱਲਾਂਗੇ ਆਪਾਂ। ਕੀ ਲੈ ਕੇ ਚੱਲਾਂਗੇ? ਪਹਿਲੀ ਰਕਮ, ਪਹਿਲੀ ਰਕਮ ਇੱਕ, ਇੱਕ ਨੂੰ ਕਿੰਨੇ ਦਾ ਗੁਣਾ ਕਰੀਏ? ਦੋ, ਦੋ, ਟੀ ਦੋ ਬਾਰ ਹੈ, ਟੀ ਚਾਰ ਬਾਰ ਹੈ, ਟੀ ਕਿੰਨੇ ਬਾਰ ਆ ਗਿਆ? ਦੋ ਬਾਰ। ਪਹਿਲਾਂ ਇਹਦੀ ਗੁਣਾ ਇਹਦੇ ਨਾਲ, ਦੋ ਏਕਮ ਦੋ, ਟੀ ਦੀ ਦੋ, ਟੀ ਦੀ ਦੋ, ਟੀ ਦੀ ਚਾਰ। ਹੁਣ ਇਹਦੀ ਗੁਣਾ ਇਹਦੇ ਨਾਲ, ਕਿਉਂਕਿ ਜ਼ੀਰੋ ਆਉਣਾ ਹੈ, ਟੀ ਤਿੰਨ ਵਾਰ ਲਿਖਣਾ ਲਿਖ ਦਿਓ, ਨਹੀਂ ਐਜ਼ ਇਟ ਇਜ਼ ਡਰੋਪ ਕਰ ਸਕਦੇ ਹੋ। ਪਲੱਸ ਮਾਈਨਸ ਮਾਈਨਸ, ਦੋ ਤੀ ਆ ਛੇ, ਟੀ ਦੋ ਬਾਰ। ਹੁਣ ਆਪਾਂ ਕੀ ਕਰਨਾ? ਮਾਈਨਸ ਕਰਨਾ, ਦੋ ਪਲੱਸ ਦੋ ਮਾਈਨਸ ਖਤਮ। ਉਰੇ ਜ਼ੀਰੋ ਹੈ ਤਾਂ ਇਹਦਾ ਮਤਲਬ ਇਸ 'ਤੇ ਕੋਈ ਫਰਕ ਨਹੀਂ ਪੈਣਾ, ਇਹ ਐਜ਼ ਇਟ ਇਜ਼ ਰਹਿਣਾ। ਟੀ ਦੀ ਦੋ ਓਵੇਂ ਦਾ ਓਵੇਂ, ਦੋ ਮਾਈਨਸ ਛੇ ਪਲੱਸ ਪਲੱਸ ਚਾਰ, ਆਹ ਦੋਨੋਂ ਰਕਮਾਂ ਨੀਚੇ, ਮਾਈਨਸ ਨੌ ਟੀ ਮਾਈਨਸ ਬਾਰਾਂ। ਹੁਣ ਦੁਬਾਰਾ ਫਿਰ ਉਹੀ ਪ੍ਰੋਸੈਸ, ਇੱਕ ਤਿੰਨ ਪਲੱਸ ਹੈ, ਪਹਿਲਾਂ ਤਾਂ ਦੇਖੋ ਇੱਕ ਦੀ ਕਿੰਨਾ ਗੁਣਾ ਕਰੀਏ? ਤਿੰਨ ਚਾਹੀਦਾ, ਤਿੰਨ, ਟੀ ਦੋ ਬਾਰ ਹੈ, ਟੀ ਤਿੰਨ ਬਾਰ ਹੈ, ਆਪਾਂ ਨੂੰ ਟੀ ਕਿੰਨੇ ਵਾਰ ਚਾਹੀਦਾ? ਇੱਕ ਵਾਰ, ਹੈ ਨਾ। ਹੁਣ ਆਪਾਂ ਇਹਦੀ ਗੁਣਾ ਇਹਦੇ ਨਾਲ ਕਰਾਂਗੇ, ਤਿੰਨ ਏਕਮ ਤਿੰਨ, ਟੀ ਇੱਕ ਵਾਰ, ਟੀ ਦੋ ਬਾਰ, ਟੀ ਤਿੰਨ ਬਾਰ, ਜ਼ੀਰੋ ਨਾਲ ਗੁਣਾ ਕਰਾਂਗੇ, ਕੋਈ ਫਰਕ ਨਹੀਂ ਪੈਣਾ। ਪਲੱਸ ਮਾਈਨਸ ਮਾਈਨਸ, ਤੀਓ ਤੀਓ ਨੌ ਟੀ, ਨਿਸ਼ਾਨ ਬਦਲੇ, ਪਲੱਸ ਮਾਈਨਸ ਖਤਮ, ਜ਼ੀਰੋ ਨਾਲ ਕੋਈ ਫਰਕ ਨਹੀਂ ਪੈਂਦਾ, ਚਾਰ ਟੀ ਦੀ ਦੋ, ਇਹ ਦੋਨੋਂ ਕੀ ਹੋ ਗਏ? ਕੈਂਸਲ। ਲੇਕਿਨ ਉਹਨੂੰ ਸਕਿੱਪ ਨਹੀਂ ਕਰਨਾ ਕਿਉਂਕਿ ਉਹਦੇ ਰਕਮ ਪਈ ਹੈ, ਆਪਾਂ ਇੱਥੇ ਜ਼ੀਰੋ ਲਿਖਾਂਗੇ ਕਿਉਂਕਿ ਇੱਥੇ ਆਪਣੇ ਕੋਲ ਇੱਕ ਸੰਖਿਆ ਪਈ ਹੈ। ਅਗਰ ਸੰਖਿਆ ਨਾ ਹੁੰਦੀ ਆਪਾਂ ਨੂੰ ਡਰੋਪ ਕਰ ਦਿੰਦੇ ਕਿਉਂਕਿ ਆਪਣਾ ਸਟੈਂਡਰਡ ਮਿਆਰੀ ਰੂਪ ਦੀ ਆਪਣੀ ਗੱਲ ਚੱਲ ਰਹੀ ਹੈ, ਤਾਂ ਇਹ ਚੀਜ਼ ਆਪਾਂ ਧਿਆਨ ਰੱਖਦੇ। ਹੁਣ ਦੁਬਾਰਾ ਫਿਰ ਉਹੀ ਰੂਲ, ਪਲੱਸ ਪਲੱਸ ਪਲੱਸ, ਇੱਕ ਚਾਰ ਚਾਹੀਦਾ, ਕਿੰਨਾ ਗੁਣਾ ਕਰਾਂਗੇ? ਚਾਰ, ਟੀ ਦੀ ਦੋ ਓਵੇਂ ਦਾ ਓਵੇਂ, ਤਾਂ ਚਾਰ ਦੀ ਆਪਾਂ ਗੁਣਾ ਕਰਨੀ ਹੈ। ਹੁਣ ਪਲੱਸ ਚਾਰ ਦੀ ਆਪਾਂ ਇਹਦੇ ਨਾਲ ਗੁਣਾ ਕੀਤੀ, ਠੀਕ, ਚਾਰ ਦੀ ਜ਼ੀਰੋ ਨਾਲ ਗੁਣਾ ਕੀਤੀ, ਕੋਈ ਫਰਕ ਨਹੀਂ। ਪਲੱਸ ਮਾਈਨਸ ਮਾਈਨਸ, ਚਾਰ ਦੀ ਹੈ ਬਾਰਾਂ, ਕਿਉਂਕਿ ਹੁਣ ਆਪਾਂ ਘਟਾ ਕਰਨਾ ਤਾਂ ਨਿਸ਼ਾਨ ਬਦਲਾਂਗੇ। ਪਲੱਸ ਮਾਈਨਸ ਖਤਮ, ਇਹ ਖਤਮ, ਮਾਈਨਸ ਪਲੱਸ ਖਤਮ, ਬਾਕੀ ਆ ਗਿਆ ਜ਼ੀਰੋ। ਅਤੇ ਜਦੋਂ ਆਪਾਂ ਪਿਛਲੇ ਪਾਰਟ 'ਚ ਗੱਲ ਕੀਤੀ ਸੀ, ਅਗਰ ਬਾਕੀ ਜ਼ੀਰੋ ਆ ਗਿਆ ਤਾਂ ਇਹਦਾ ਮਤਲਬ ਆਪਾਂ ਕੀ ਕਹਿ ਸਕਦੇ ਹਾਂ? ਕਿ ਜੋ ਟੀ ਦੀ ਦੋ ਮਾਈਨਸ ਤਿੰਨ ਹੈ ਉਹ ਬਹੁਪਦ ਦੋ ਟੀ ਦੀ ਚਾਰ ਪਲੱਸ ਤਿੰਨ ਟੀ ਦੀ ਤਿੰਨ ਮਾਈਨਸ ਦੋ ਟੀ ਦੀ ਦੋ ਮਾਈਨਸ ਨੌ ਟੀ ਮਾਈਨਸ ਬਾਰਾਂ ਦਾ ਗੁਣਨਖੰਡ ਹੈ। ਤਾਂ ਇਹ ਸੀ ਆਪਣੇ ਦੋ ਕੁਸ਼ਚਨਸ। ਆਪਾਂ ਇੱਕ ਦੋ ਕੁਸ਼ਚਨਸ ਹੋਰ ਲੈ ਕੇ ਚੱਲਦੇ ਹਾਂ ਕੁਸ਼ਚਨ ਨੂੰ ਹੋਰ ਕਲੀਅਰ ਕਰਨ ਦੇ ਲਈ।
ਹੁਣ ਆਪਾਂ ਅਗਲੀ ਉਹਦਾ ਕੁਸ਼ਚਨ 'ਤੇ ਗੱਲ ਕਰ ਰਹੇ ਹਾਂ। ਬਹੁਪਦ ਦਿਸ ਨੂੰ ਬਹੁਪਦ ਜੀ ਐਕਸ ਨਾਲ ਭਾਗ ਦੇਣ 'ਤੇ ਜੋ ਭਾਗਫਲ ਆਉਂਦਾ ਐਕਸ ਮਾਈਨਸ ਦੋ ਅਤੇ ਬਾਕੀ ਆਹ ਪ੍ਰਾਪਤ ਹੁੰਦਾ ਤਾਂ ਜੀ ਐਕਸ ਪਤਾ ਕਰੋ। ਤਾਂ ਸਭ ਤੋਂ ਪਹਿਲਾਂ ਜੋ ਵੰਡ ਐਲਗੋਰੀਥਮ ਹੈ ਕੀ ਹੈ, ਭਾਜਫਲ ਬਰਾਬਰ ਭਾਗਫਲ ਗੁਣਾ ਭਾਜਕ ਪਲੱਸ ਬਾਕੀ। ਠੀਕ, ਹੁਣ ਭਾਜਫਲ ਕਿਹੜਾ ਆ ਗਿਆ ਇੱਥੇ, ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਐਕਸ ਪਲੱਸ ਦੋ। ਭਾਗਫਲ ਕੀ ਆ ਗਿਆ, ਐਕਸ ਮਾਈਨਸ ਦੋ ਦੇ ਰੱਖਿਆ। ਭਾਜਕ ਕਿਉਂਕਿ ਆਪਾਂ ਜੀ ਐਕਸ ਨਾਲ ਵੰਡਣਾ, ਬਾਕੀ ਕਿੰਨਾ, ਮਾਈਨਸ ਦੋ ਐਕਸ ਪਲੱਸ ਚਾਰ, ਕਿਉਂਕਿ ਆਪਾਂ ਇੱਥੇ ਜੀ ਐਕਸ ਦੀ ਕੀਮਤ ਕੱਢਣੀ ਹੈ। ਤਾਂ ਇਹਦਾ ਮਤਲਬ ਇਹਦੀ ਜੀ ਐਕਸ ਦੇ ਨਾਲ ਗੁਣ ਹੈ, ਇਹ ਅਲੱਗ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਇੱਧਰ ਲੈ ਕੇ ਆਵਾਂਗੇ, ਇਹਨੂੰ ਆਪਾਂ ਇੱਧਰ ਲੈ ਆਏ ਤਾਂ ਇੱਧਰ ਆ ਕੇ ਦੋਹਾਂ ਦੇ ਨਿਸ਼ਾਨ ਬਦਲ ਗਏ, ਆਹ ਮਾਈਨਸ ਦਾ ਪਲੱਸ ਹੋ ਗਿਆ, ਇਹ ਪਲੱਸ ਦਾ ਮਾਈਨਸ ਹੋ ਗਿਆ। ਠੀਕ, ਇਹਨੂੰ ਹੱਲ ਕਰੀਏ, ਐਕਸ ਦੇ ਤਿੰਨ ਦੋ ਘਾਤ ਓਮੇ ਦੀ ਓਮੇ ਪਲੱਸ ਐਕਸ ਪਲੱਸ ਦੋ ਐਕਸ ਪਲੱਸ ਤਿੰਨ ਐਕਸ ਪਲੱਸ ਦੋ ਮਾਈਨਸ ਚਾਰ ਮਾਈਨਸ ਦੋ ਬਰਾਬਰ ਐਕਸ ਮਾਈਨਸ ਦੋ ਗੁਣਾ ਜੀ ਐਕਸ। ਤਾਂ ਫਿਰ ਜੀ ਐਕਸ ਕੀ ਆ ਗਿਆ, ਇਹਦੀ ਇਹਦੇ ਨਾਲ ਵੰਡ, ਐਕਸ ਦੇ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਤਿੰਨ ਐਕਸ ਦੋ। ਤਾਂ ਇਹਨੂੰ ਆਪਾਂ ਹੁਣ ਇਹਦੇ ਨਾਲ ਵੰਡ ਕੇ ਜੋ ਵੰਡ ਕਰਕੇ ਆ ਗਿਆ, ਕਿਉਂਕਿ ਬਾਕੀ ਇੱਥੇ ਜ਼ੀਰੋ ਆਊਗਾ ਉਹ ਆਪਣੇ ਕੋਲ ਕੀ ਬਚ ਜੂਗਾ, ਭਾਜਕ। ਆਓ ਆਪਾਂ ਇਹਦੀ ਵੰਡ ਕਰੀਏ, ਐਕਸ ਮਾਈਨਸ ਦੋ ਦੀ ਦੋ ਨਾਲ ਵੰਡ ਕਰਨੀ ਹੈ, ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਤਿੰਨ ਐਕਸ ਮਾਈਨਸ ਦੋ। ਇੱਥੇ ਐਕਸ ਐਕਸ ਦੀ ਤਿੰਨ ਐਕਸ ਦੀ ਦੋ ਨਾਲ ਗੁਣਾ ਕੀਤੀ, ਐਕਸ ਦੀ ਤਿੰਨ ਮਾਈਨਸ ਦੋ ਐਕਸ ਦੀ ਦੋ ਮਾਈਨਸ ਪਲੱਸ ਕੱਟ ਗਿਆ, ਮਾਈਨਸ ਤਿੰਨ ਮਾਈਨਸ ਦੋ ਮਾਈਨਸ ਇੱਕ ਐਕਸ ਦੀ ਦੋ ਪਲੱਸ ਤਿੰਨ ਐਕਸ ਮਾਈਨਸ ਦੋ। ਇੱਥੇ ਐਕਸ ਹੈ, ਇੱਥੇ ਮਾਈਨਸ ਇੱਕ ਐਕਸ ਦੀ ਦੋ ਹੈ, ਤਾਂ ਕਲੀਅਰ ਹੈ ਆਪਾਂ ਗੁਣਾ ਕਿੱਦਾਂ ਕਰਾਂਗੇ, ਮਾਈਨਸ ਇੱਕ ਐਕਸ ਨਾਲ। ਇਹਦੀ ਇਹਨਾਂ ਗੁਣਾ ਕੀਤੀ, ਦਿਸ ਮਾਈਨਸ ਮਾਈਨਸ ਪਲੱਸ ਦੋ ਏਕਮ ਦੋ ਪਲੱਸ ਮਾਈਨਸ ਇਹ ਕੱਟ ਗਿਆ, ਤਿੰਨ 'ਚੋਂ ਦੋ ਘਟਾਏ ਇੱਕ ਐਕਸ ਮਾਈਨਸ ਦੋ। ਦੇਖੋ ਬਿਲਕੁਲ ਸੇਮ ਰਕਮ ਹੈ ਤਾਂ ਇਹ ਕੈਂਸਲ ਹੋ ਗਿਆ। ਤਾਂ ਜਿਹੜੀ ਆਹ ਕੀਮਤ ਆ ਗਈ, ਇਹ ਆਪਣੇ ਕੋਲ ਕਿਸ ਦੀ ਕੀਮਤ ਆ ਗਈ, ਜੀ ਐਕਸ ਦੀ ਕੀਮਤ ਆ ਗਈ। ਠੀਕ, ਹੁਣ ਆਪਾਂ ਅਗਲੇ ਕੁਸ਼ਚਨ 'ਤੇ ਗੱਲ ਕਰ ਰਹੇ ਹਾਂ, ਉਦਾਹਰਣ ਹੈ ਜੋ ਆਪਣੀ ਇਸ ਇਕਾਈ ਦੀ। ਬਹੁਪਦ ਇਸ ਦੀਆਂ ਸਾਰੀਆਂ ਸਿਫਰਾਂ ਪਤਾ ਕਰੋ ਜੇਕਰ ਇਸ ਦੀਆਂ ਦੋ ਸਿਫਰਾਂ ਹੋਣ। ਆਪਾਂ ਗੱਲ ਕੀਤੀ ਹੋਈ ਹੈ ਪਹਿਲੇ ਲੈਕਚਰ ਦੇ ਵਿੱਚ, ਜਿੰਨੀ ਘਾਤ ਹੁੰਦੀ ਹੈ ਉਨੀਆਂ ਸਿਫਰਾਂ ਹੁੰਦੀਆਂ ਵੱਧੋ ਵੱਧ। ਇੱਥੇ ਘਾਤ ਚਾਰ ਹੈ ਤਾਂ ਉਹਦੇ ਸਿਫਰਾਂ ਵੀ ਕਿੰਨੀਆਂ ਹੋਣਗੀਆਂ, ਚਾਰ ਹੋਣਗੀਆਂ। ਦੋ ਆਪਾਂ ਨੂੰ ਦੇਤੀਆਂ, ਦੋ ਆਪਾਂ ਕੱਢਣੀਆਂ ਨੇ। ਤਾਂ ਇੱਥੇ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹ ਕੁਸ਼ਚਨ ਕਿਸੇ ਦਾ ਕੁਸ਼ਚਨ ਹੈ ਦੋਸਤੋ, ਇਸ ਕੁਸ਼ਚਨ ਦੇ ਵਿੱਚ ਆਪਣਾ ਇਹ ਪੂਰੇ ਦਾ ਪੂਰਾ ਚੈਪਟਰ ਮਿਕਸ ਹੋਣਾ। ਇਹਦੇ ਵਿੱਚ ਆਪਾਂ ਬਹੁਪਦ ਵੀ ਬਣਾਵਾਂਗੇ ਜੋ ਦੋ ਘਾਤੀ ਬਹੁਪਦ ਦੀ ਗੱਲ ਕੀਤੀ ਹੈ, ਆਪਾਂ ਇੱਥੇ ਵੰਡ ਵੀ ਕਰਾਂਗੇ ਜਿਸ ਦੀ ਆਪਾਂ ਇਹ ਗੱਲ ਕਰ ਰਹੇ ਹਾਂ, ਤੀਸਰਾ ਆਪਾਂ ਇੱਥੇ ਗੁਣਖੰਡ ਵੀ ਬਣਾਵਾਂਗੇ ਜੋ ਆਪਾਂ ਅਭਿਆਸ 2.2 'ਚ ਕੀਤੇ ਸੀ। ਤਾਂ ਤਿੰਨੋਂ ਕੋਨਸੈਪਟ ਆਪਣੇ ਇਹਦੇ ਵਿੱਚ ਕੁਸ਼ਚਨ ਦੇ ਵਿੱਚ ਆ ਰਹੇ ਨੇ। ਉਰੇ ਦੋ ਸਿਫਰਾਂ ਦਿੱਤੀਆਂ ਨੇ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਭਾਜਕ ਬਣਾਉਣਾ ਪਊਗਾ ਕਿਉਂਕਿ ਭਾਜਕ ਇੱਕ ਬਹੁਪਦ ਹੈ, ਦੋ ਸਿਫਰਾਂ ਦਿੱਤੀਆਂ ਹੋਈਆਂ ਨੇ। ਅਤੇ ਆਪਾਂ ਨੂੰ ਪਤਾ ਅਗਰ ਦੋ ਘਾਤੀ ਬਹੁਪਦ ਦੀ ਗੱਲ ਕਰਦੇ ਹਾਂ ਤਾਂ ਕਿਹਦੇ ਬਰਾਬਰ ਹੁੰਦਾ, ਐਕਸ ਦੀ ਦੋ ਮਾਈਨਸ ਸਿਫਰਾਂ ਦਾ ਜੋੜ ਐਕਸ ਪਲੱਸ
ਸਿਫਰਾਂ ਦੀ ਗੁਣਾ। ਐਕਸ ਦੀ ਦੋ ਓਮੇ ਦਾ ਓਮੇ ਮਾਈਨਸ ਸਿਫਰਾਂ ਦਾ ਜੋੜ ਪਹਿਲੀ ਸਿਫਰ ਪਲੱਸ ਦੂਸਰੀ ਸਿਫਰ ਐਕਸ ਪਲੱਸ ਸਿਫਰਾਂ ਦੀ ਗੁਣਾ ਅੰਡਰੂਟ ਦੋ ਗੁਣਾ ਮਾਈਨਸ ਅੰਡਰੂਟ ਦੋ। ਆ ਕੱਟ ਗਿਆ, ਇਹ ਖਤਮ ਹੋ ਗਿਆ ਕਿਉਂਕਿ ਜ਼ੀਰੋ ਹੈ। ਹੁਣ ਪਲੱਸ ਮਾਈਨਸ ਮਾਈਨਸ ਅੰਡਰੂਟ ਦੋ ਨੂੰ ਅੰਡਰੂਟ ਦੋ ਨਾਲ ਗੁਣਾ ਕੀਤਾਂਗੇ ਦੋ, ਤਾਂ ਭਾਜਕ ਆਪਣੇ ਕੋਲ ਕੀ ਆ ਗਿਆ ਐਕਸ ਦੀ ਦੋ ਮਾਈਨਸ ਦੋ, ਇਹ ਆਪਣੇ ਕੋਲ ਕੀ ਆ ਗਿਆ ਭਾਜਕ। ਜਦੋਂ ਦੋ ਸਿਫਰਾਂ ਇਹ ਨੇ ਤਾਂ ਜੋ ਉਹ ਤੋਂ ਬਹੁਪਦ ਬਣ ਕੇ ਆਊਗਾ ਦੋਸਤੋ, ਉਹਦਾ ਪੂਰਾ ਕੀ ਹੋਊਗਾ ਗੁਣਨਖੰਡ ਹੋਊਗਾ। ਤਾਂ ਆਪਾਂ ਹੁਣ ਕੀ ਕਰਾਂਗੇ, ਆਪਾਂ ਵੰਡ ਕਰਾਂਗੇ ਇਹਦੀ, ਦੋ ਐਕਸ ਦੀ ਚਾਰ ਮਾਈਨਸ ਤਿੰਨ ਐਕਸ ਦੀ ਤਿੰਨ ਮਾਈਨਸ ਤਿੰਨ ਐਕਸ ਦੀ ਦੋ ਪਲੱਸ ਛੇ ਐਕਸ ਮਾਈਨਸ ਦੋ। ਇੱਥੇ ਯਾਦ ਕਰੋ ਮੈਂ ਥੋੜ੍ਹਾ ਗੱਲ ਕੀਤੀ ਸੀ, ਉਹੀ ਗੱਲ ਫਿਰ ਇੱਥੇ ਆ ਗਈ ਮਾਨਕ ਰੂਪ। ਤਾਂ ਇੱਥੇ ਆਪਾਂ ਕੀ ਐਡਜਸਟਮੈਂਟ ਕਰਾਂਗੇ, ਆਪਾਂ ਜ਼ੀਰੋ ਇੰਟਰੋਡਿਊਸ ਕਰਾਂਗੇ ਵਿਚਾਲੇ ਐਕਸ ਇੰਟਰੋਡਿਊਸ ਕਰਾਂਗੇ, ਹੈ ਨਾ, ਗਲਤੀ ਤੋਂ ਬਚਣ ਦੇ ਲਈ ਜਿਵੇਂ ਇੱਥੇ ਆਇਆ ਸੀ। ਪਹਿਲੀ ਰਕਮ ਇੱਕ ਦੋ ਨਾਲ ਗੁਣਾ ਕਰਾਂਗੇ ਇੱਕ ਐਕਸ ਦੀ ਦੋ ਨਾਲ। ਹੁਣ ਪਹਿਲਾਂ ਇਹਦੇ ਨਾਲ ਗੁਣਾ ਕੀਤੀ ਦੋ ਐਕਸ ਦੀ ਚਾਰ, ਜ਼ੀਰੋ ਨਾਲ ਗੁਣਾ ਕੀਤੀ ਜ਼ੀਰੋ ਮਾਈਨਸ ਦੋ ਦੂਣੀ ਚਾਰ, ਮਾਈਨਸ ਮਾਈਨਸ ਪਲੱਸ ਕੈਂਸਲ, ਮਾਈਨਸ ਤਿੰਨ ਓਮੇ ਦਾ ਓਮੇ ਕਿਉਂਕਿ ਜ਼ੀਰੋ ਨਾਲ ਕੋਈ ਫਰਕ ਨਹੀਂ ਪੈਂਦਾ, ਮਾਈਨਸ ਤਿੰਨ ਪਲੱਸ ਚਾਰ ਪਲੱਸ ਇੱਕ ਐਕਸ ਦੀ ਦੋ ਪਲੱਸ ਛੇ ਐਕਸ ਮਾਈਨਸ ਦੋ। ਠੀਕ, ਹੁਣ ਇੱਥੇ ਐਕਸ ਦੀ ਦੋ ਹੈ ਇੱਥੇ ਤਿੰਨ ਹੈ, ਪਹਿਲੀ ਗੱਲ ਮਾਈਨਸ ਦਾ ਨਿਸ਼ਾਨ ਚਾਹੀਦਾ, ਉਰੇ ਇੱਕ ਹੈ ਉਰੇ ਤਿੰਨ ਹੈ, ਤਿੰਨ ਏਕਮ ਤਿੰਨ, ਇੱਥੇ ਐਕਸ ਦੋ ਵਾਰ ਹੈ ਇੱਥੇ ਤਿੰਨ ਵਾਰ ਹੈ, ਇੱਕ ਐਕਸ ਆਪਾਂ ਨੂੰ ਚਾਹੀਦਾ। ਤਾਂ ਇਹਦੀ ਗੁਣਾ ਕੀਤੀ ਮਾਈਨਸ ਤਿੰਨ ਐਕਸ ਦੀ ਤਿੰਨ, ਜ਼ੀਰੋ ਨਾਲ ਗੁਣਾ ਕਰਾਂਗੇ ਕੋਈ ਫਰਕ ਨਹੀਂ ਪੈਂਦਾ ਜ਼ੀਰੋ, ਮਾਈਨਸ ਮਾਈਨਸ ਪਲੱਸ ਤਿੰਨ ਦੂਣਾ ਛੇ ਐਕਸ ਪਲੱਸ ਪਲੱਸ ਮਾਈਨਸ, ਮਾਈਨਸ ਪਲੱਸ ਕੈਂਸਲ, ਆਹ ਰਕਮ ਦੋਸਤੋ ਓਮੇ ਦੀ ਓਮੇ, ਪਲੱਸ ਮਾਈਨਸ ਕੈਂਸਲ, ਆਪਾਂ ਜ਼ੀਰੋ ਲਿਖਾਂਗੇ, ਕਿਉਂ ਲਿਖਾਂਗੇ ਕਿਉਂਕਿ ਇੱਕ ਰਕਮ ਅੱਗੇ ਪੈਂਡਿੰਗ ਪਈ ਹੈ ਮਾਈਨਸ ਦੋ। ਦੇਖੋ ਧਿਆਨ ਨਾਲ, ਇਹ ਸੇਮ ਪਈ ਹੈ ਤਾਂ ਪਲੱਸ ਇੱਕ ਨਾਲ ਗੁਣਾ, ਤਾਂ ਜਦੋਂ ਗੁਣਾ ਕੀਤੀ ਸਾਰੀਆਂ ਰਕਮਾਂ ਕੀ ਹੋ ਗਈਆਂ ਆਪਸ 'ਚ ਕੈਂਸਲ ਹੋ ਗਈਆਂ ਅਤੇ ਆਪਣੇ ਕੋਲ ਆ ਗਿਆ ਜ਼ੀਰੋ। ਤਾਂ ਆਪਣੇ ਕੋਲ ਜੋ ਹੁਣ ਆਪਣੇ ਕੋਲ ਬਚ ਕੇ ਆ ਗਿਆ ਉਹ ਜਿਹੜਾ ਭਾਗਫਲ ਹੈ ਉਹ ਹੈਗਾ ਦੋ ਐਕਸ ਦੀ ਦੋ ਮਾਈਨਸ ਤਿੰਨ ਐਕਸ ਪਲੱਸ ਇੱਕ, ਕਿਉਂਕਿ ਆਪਾਂ ਸਿਫਰਾਂ ਕੱਢਣੀਆਂ। ਤਾਂ ਫਿਰ ਆਪਾਂ ਕੀ ਕਰਾਂਗੇ, ਜੋ ਭਾਗਫਲ ਆਇਆ ਉਹਦੇ ਕੀ ਕਰਾਂਗੇ ਗੁਣਨਖੰਡ ਕਰਾਂਗੇ ਮਿਡਲ ਰਕਮ ਦੇ ਨਾਲ। ਅਤੇ ਜਦੋਂ ਆਪਾਂ ਗੁਣਨਖੰਡ ਕੀਤੇ ਆਪਾਂ ਕਿਉਂਕਿ ਪਿਛਲੀ ਇਕਾਈ 'ਚ ਬਹੁਤ ਡਿਟੇਲ 'ਚ ਕਰ ਚੁੱਕੇ ਹਾਂ ਤਾਂ ਆਪਣੇ ਕੋਲ ਕੀ ਬਣਨਗੇ ਮਾਈਨਸ ਦੋ ਅਤੇ ਮਾਈਨਸ ਇੱਕ, ਦੋ ਸਾਂਝਾ ਐਕਸ ਸਾਂਝਾ, ਪਿੱਛੇ ਬਚਿਆ ਐਕਸ ਮਾਈਨਸ ਇੱਕ, ਇੱਥੋਂ ਮਾਈਨਸ ਇੱਕ ਸਾਂਝਾ ਐਕਸ ਮਾਈਨਸ ਇੱਕ। ਹੁਣ ਇਹਨਾਂ ਦੋਹਾਂ ਦੇ ਵਿੱਚੋਂ ਐਕਸ ਮਾਈਨਸ ਇੱਕ ਸਾਂਝਾ ਆ ਬਚ ਗਿਆ। ਠੀਕ, ਸਿਫਰਾਂ ਲਈ ਕਿਉਂਕਿ ਆਪਾਂ ਸਿਫਰਾਂ ਕੱਢਣੀਆਂ ਨਾ, ਜਾਂ ਆ ਜ਼ੀਰੋ ਜਾਂ ਆ ਜ਼ੀਰੋ, ਤਾਂ ਐਕਸ ਕਿਹਦੇ ਬਰਾਬਰ ਆ ਗਿਆ ਜ਼ੀਰੋ ਪਲੱਸ ਇੱਕ ਇੱਕ, ਇੱਕ ਉੱਧਰ ਜਾ ਕੇ ਪਲੱਸ ਦਾ ਦੋ ਨਾਲ ਕੀ ਹੋ ਗਈ ਵੰਡ। ਤਾਂ ਜਿਹੜੀਆਂ ਬਾਕੀ ਦੋ ਸਿਫਰਾਂ ਨੇ ਦੋਸਤੋ ਉਹ ਕਿਹੜੀਆਂ ਕਿਹੜੀਆਂ, ਇੱਕ ਅਤੇ ਇੱਕ ਪਟੇ ਦੋ। ਤਾਂ ਇਹ ਸੀ ਆਪਣਾ ਬਹੁਪਦੀਆਂ ਦਾ ਟੋਪਿਕ, ਉਹਨਾਂ ਦੀ ਵੰਡ, ਅਗਰ ਸਿਫਰਾਂ ਦਿੱਤੀਆਂ ਤਾਂ ਬਾਕੀ ਕਿਵੇਂ ਕੱਢਣੀਆਂ ਨੇ, ਜਾਂ ਸਾਰਾ ਜੋ ਬਹੁਪਦ ਦੇ ਨਾਲ ਸੰਬੰਧਿਤ ਸੀ।